ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 60ਵੇਂ ਵਿੱਚ ਅੱਜ ਆਪਾਂ ਭਾਈ ਮੋਹਨ ਆਦਿ ਸਿੱਖ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਲਾਹੌਰ ਸ਼ਹਿਰ ਦੇ ਗੰਜਪੁਰ ਬਾਜ਼ਾਰ ਦੇ ਭਾਈ ਮੋਹਨ, ਭਾਈ ਆਲਮ ਚੰਦ, ਭਾਈ ਜੋਧਾ ਅਤੇ ਭਾਈ ਜਲੋਹ ਚਾਰੇ ਹੀ ਬੜੇ ਵੱਡੇ ਮਸੰਦ ਸਨ। ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਕਰਦੇ ਸਨ, ਸਿੱਖਾਂ ਵਿੱਚ ਫਿਰ ਕੇ ਧਨ ਲਿਆਉਂਦੇ ਸਨ। ਗੁਰੂ ਦੇ ਧਨ ਵਿੱਚੋਂ ਇੱਕ ਕੌਡੀ ਵੀ ਆਪ ਨਹੀਂ ਖਾਂਦੇ ਸਨ, ਇਹ ਜਾਣਦੇ ਸਨ ਕਿ ਇਹ ਵੱਡਾ ਪਾਪ ਹੈ। ਜਿਵੇਂ ਭੋਜਨ ਵਿੱਚ ਮੱਖੀ ਪਈ ਹੋਵੇ ਤਾਂ ਵੇਖ ਕੇ ਉਲਟੀ ਆਉਂਦੀ ਹੈ ਅਤੇ ਅੰਦਰ ਰੱਖੀ ਹੋਈ ਰਹਿੰਦੀ ਨਹੀਂ ਹੈ। ਇਸ ਤਰ੍ਹਾਂ ਗੁਰੂ ਦੇ ਧਨ ਨੂੰ ਸਾਂਭ ਕੇ ਰੱਖਦੇ ਸਨ ਅਤੇ ਪਦਾਰਥ ਤੁਰੰਤ ਗੁਰੂ ਜੀ ਪਾਸ ਭੇਜ ਦਿੰਦੇ ਸਨ, ਇਹ ਜਾਣ ਕੇ ਕਿ ਇਹ ਸਮੱਗਰੀ ਸਰੀਰ ਦਾ ਨਾਸ ਕਰ ਦਿੰਦੀ ਹੈ। ਇਸ ਕਰਕੇ ਚਤੁਰਮਸੰਦ ਗੁਰੂ ਜੀ ਦੇ ਧਨ ਨੂੰ ਛੁਪਾਉਂਦੇ ਨਹੀਂ ਸਨ। ਇੱਕ ਦਿਨ ਚਾਰੇ ਰੱਥ ਵਿੱਚ ਚੜ੍ਹ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਬੜੇ ਆਨੰਦ ਪ੍ਰਸੰਨ ਹੋ ਕੇ ਆਏ। ਜਦ ਕਾਫੀ ਸਫ਼ਰ ਚੱਲ ਕੇ ਆ ਗਏ ਤਾਂ ਸਾਹਮਣੇ ਇੱਕ ਸੱਪ ਨਿਕਲਿਆ। ਉਹ ਸੱਪ ਆਪਣੇ ਫਨ ਨੂੰ ਫੁਲਾ ਕੇ ਅਤੇ ਉੱਚੀ ਕਰਕੇ ਰੱਥ ਦੇ ਸਾਹਮਣੇ ਪਹੁੰਚ ਗਿਆ। ਉਸ ਨੂੰ ਵੇਖ ਕੇ ਰੱਥ ਦੂਸਰੇ ਪਾਸੇ ਕਰ ਲਿਆ। ਸੱਪ ਮੁੜ ਕੇ ਫਿਰ ਰੱਥ ਦੇ ਅੱਗੇ ਆ ਕੇ ਖਲੋ ਗਿਆ। ਇਹ ਵੇਖ ਕੇ ਮੋਹਨ ਰੱਥ ਵਿੱਚੋਂ ਉੱਤਰ ਪਿਆ, ਇੱਕ ਘੜਾ ਲੈ ਕੇ ਸੱਪ ਦੇ ਅੱਗੇ ਧਰ ਦਿੱਤਾ ਅਤੇ ਕਿਹਾ, ਜੇ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇਸ ਘੜੇ ਦੇ ਅੰਦਰ ਦਾਖਲ ਹੋ ਜਾਓ। ਇਹ ਵੇਖ ਕੇ ਸੱਪ ਤੁਰੰਤ ਘੜੇ ਵਿੱਚ ਵੜ ਗਿਆ। ਭਾਈ ਮੋਹਨ ਨੇ ਘੜੇ ਉੱਤੇ ਕਟੋਰਾ ਦੇ ਕੇ ਉਸਦਾ ਮੂੰਹ ਬੰਦ ਕਰ ਦਿੱਤਾ। ਘੜੇ ਨੂੰ ਰੱਥ ਵਿੱਚ ਰੱਖ ਕੇ ਅੰਮ੍ਰਿਤਸਰ ਆ ਗਏ। ਪਹਿਲਾਂ ਉਤਰ ਕੇ ਡੇਰਾ ਕੀਤਾ, ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਆਏ ਅਤੇ ਹੱਥ ਜੋੜ ਕੇ ਮੱਥਾ ਟੇਕਿਆ। ਉਹਨਾਂ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ, ਤੁਸੀਂ ਕਿੰਨੇ ਜਣੇ ਆਏ ਹੋ? ਜਿੰਨੇ ਦਰਸ਼ਨ ਕਰਨ ਆਏ ਹੋ ਉਹਨਾਂ ਬਾਰੇ ਦੱਸੋ। ਸੁਣ ਕੇ ਮਸੰਦਾ ਨੇ ਕਿਹਾ, ਗਰੀਬ ਨਿਵਾਜ, ਅਸੀਂ ਚਾਰੇ ਹੀ ਆ ਗਏ ਹਾਂ। ਗੁਰੂ ਜੀ ਬੋਲੇ, ਪੰਜ ਸਿੱਖ ਆਏ ਹਨ, ਇਹਨਾਂ ਪੰਜਾਂ ਨੂੰ ਪ੍ਰਸ਼ਾਦ ਦਿਓ। ਘੜੇ ਵਿੱਚ ਬੰਦ ਕਰਕੇ ਜਿਹੜਾ ਸੱਪ ਲਿਆਂਦਾ ਹੈ ਉਹ ਪਿਛਲੇ ਜਨਮ ਵਿੱਚ ਵੱਡਾ ਮਸੰਦ ਸੀ। ਉਸਦਾ ਹਿਰਦਾ ਹੰਕਾਰ ਨਾਲ ਭਰਿਆ ਰਹਿੰਦਾ ਸੀ ਅਤੇ ਇਹ ਕਦੇ ਵੀ ਸਿੱਖਾਂ ਅੱਗੇ ਸਨਿਮਰ ਨਹੀਂ ਸੀ ਹੁੰਦਾ। ਇਸ ਕਰਕੇ ਫਨੀਅਰ ਸੱਪ ਦੀ ਹਾਲਤ ਪਾਈ ਹੈ ਅਤੇ ਇਸਨੇ ਗੁਰੂ ਘਰ ਦੀ ਕਾਰ ਭੇਟ ਛੁਪਾਈ ਸੀ। ਇਸ ਕਰਕੇ ਵੱਡਾ ਜ਼ਹਿਰੀਲਾ ਸੱਪ ਬਣਿਆ ਹੈ। ਉਸਨੂੰ ਹੁਣ ਸਾਡੀ ਹਜ਼ੂਰੀ ਵਿੱਚ ਲਿਆਓ। ਗੁਰੂ ਜੀ ਦੇ ਬਚਨ ਸੁਣ ਕੇ ਘੜੇ ਨੂੰ ਚੁੱਕ ਕੇ ਲੈ ਆਏ। ਦੀਵਾਨ ਵਿੱਚ ਗੁਰੂ ਜੀ ਦੇ ਸਾਹਮਣੇ ਧਰ ਕੇ ਘੜੇ ਦਾ ਮੂੰਹ ਖੋਲ੍ਹ ਦਿੱਤਾ। ਸੱਪ ਫਣ ਉੱਚੀ ਚੁੱਕ ਕੇ ਬਾਹਰ ਨਿਕਲਿਆ। ਸਾਰਿਆਂ ਨੇ ਪ੍ਰਗਟ ਰੂਪ ਖੜ੍ਹਾ ਦੇਖਿਆ। ਗੁਰੂ ਜੀ ਨੇ ਕਿਹਾ, ਸਰੋਵਰ ਦਾ ਅੰਮ੍ਰਿਤ ਜਲ ਲਿਆਓ ਅਤੇ ਸਾਰਾ ਇਸਦੇ ਸਰੀਰ 'ਤੇ ਛਿੜਕਾ ਦਿਓ। ਜਦ ਅੰਮ੍ਰਿਤ ਜਲ ਉਸਦੇ ਸਰੀਰ 'ਤੇ ਪਾਇਆ ਗਿਆ ਤਾਂ ਤੁਰੰਤ ਉਸ ਸੱਪ ਨੇ ਸਰੀਰ ਛੱਡ ਦਿੱਤਾ ਅਤੇ ਸੁੰਦਰ ਰੂਪ ਪ੍ਰਕਾਸ਼ਿਤ ਹੋ ਕੇ ਆਕਾਸ਼ ਵਿੱਚ ਚਲੇ ਗਿਆ। ਜਿਹੜਾ ਵੀ ਅੰਮ੍ਰਿਤਸਰ ਦੇ ਦਰਸ਼ਨ ਕਰਦਾ ਹੈ ਉਸ ਮਨੁੱਖ ਦੇ ਅਨੇਕਾਂ ਪਾਪ ਦੂਰ ਹੋ ਜਾਂਦੇ ਹਨ। ਜਿਹੜਾ ਵੀ ਇਸ ਸਰੋਵਰ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਉਸਦਾ ਕਿਉਂ ਕਲਿਆਣ ਨਾ ਹੋਵੇ। ਬ੍ਰਾਹਮਣ ਜਾਤੀ ਦੇ ਭਾਈ ਜੋਧ ਅਤੇ ਭਾਈ ਢੇਸੀ ਗੁਰੂ ਜੀ ਦੀ ਸ਼ਰਨ ਸੁਖਦਾਤੀ ਜਾਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਚੱਲ ਕੇ ਆ ਗਏ। ਨਮਸਕਾਰ ਕਰਕੇ ਬੇਨਤੀ ਕੀਤੀ, ਬ੍ਰਾਹਮਣ ਜਿਹੜੇ ਵੱਡੇ ਪੰਡਿਤ ਹਨ ਉਹ ਸਾਨੂੰ ਪੰਗਤ ਵਿੱਚ ਨਹੀਂ ਬਿਠਾਉਂਦੇ ਹਨ। ਸਾਰਿਆਂ ਵਿੱਚ ਬੈਠਿਆਂ ਨੂੰ ਸਾਨੂੰ ਸੁਣਾਇਆ, ਤੁਸੀਂ ਜਗਤ ਗੁਰੂ ਹੋ ਜਿਨ੍ਹਾਂ ਨੇ ਬ੍ਰਾਹਮਣ ਦਾ ਸਰੀਰ ਪਾਇਆ ਹੈ। ਖੱਤਰੀ ਦੇ ਸਿੱਖ ਹੋਈ ਜਾ ਰਹੇ ਹਨ, ਗੰਗਾ ਅਤੇ ਕਾਸ਼ੀ ਦੇ ਜਿਹੜੇ ਸਥਾਨ ਹਨ। ਵਿਸ਼ਨੂੰ ਅਤੇ ਸ਼ਿਵ ਜੀ ਦੀ ਕਾਸ਼ੀ ਇਹੀ ਹੈ, ਉਹਨਾਂ ਨੂੰ ਤੁਸੀਂ ਛੱਡ ਦਿੱਤਾ ਹੈ
ਅਤੇ ਪੂਜਾ ਨਹੀਂ ਕਰਦੇ ਹੋ। ਅੰਮ੍ਰਿਤਸਰ ਨੂੰ ਹੀ ਤੁਸੀਂ ਤੀਰਥ ਕੀਤਾ ਹੋਇਆ ਹੈ, ਉਸ ਦੀ ਹੀ ਤੁਸੀਂ ਪੂਜਾ ਕਰਦੇ ਹੋ, ਅਸੀਂ ਬਹੁਤ ਵਾਰ ਵੇਖਿਆ ਹੈ। ਵੇਦਾਂ ਦੀ ਬ੍ਰਹਮ ਬਾਣੀ ਨੂੰ ਤੁਸੀਂ ਤਿਆਗ ਦਿੱਤਾ ਹੈ ਅਤੇ ਗੁਰਬਾਣੀ ਦੀ ਭਾਸ਼ਾ ਨਾਲ ਲੱਗ ਗਏ ਹੋ। ਜਨਮ ਅਸ਼ਟਮੀ ਅਤੇ ਸ਼ਿਵਰਾਤਰੀ ਅਤੇ ਇਕਾਦਸ਼ੀ ਵਰਤ ਛੱਡ ਕੇ ਤੁਸੀਂ ਭੋਜਨ ਛਕਦੇ ਹੋ। ਗਾਇਤਰੀ, ਸੰਧਿਆ, ਸੂਰਜ ਨੂੰ ਪਾਣੀ ਦੇਣਾ, ਪਿੰਡ ਪੱਤਲ, ਕਿਰਿਆ ਆਦਿ ਨੂੰ ਤਿਆਗ ਦਿੱਤਾ ਹੈ। ਮ੍ਰਿਤਕ ਦੇ ਮਗਰੋਂ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾ ਕੇ ਅਤੇ ਮੁੱਖ ਨਾਲ ਛੱਕ ਕੇ ਰਜ਼ਾ ਵਿੱਚ ਟਿਕ ਜਾਂਦੇ ਹੋ। ਇਸ ਕਰਕੇ ਹੁਣ ਤੁਸੀਂ ਭ੍ਰਿਸ਼ਟ ਹੋ ਗਏ ਹੋ, ਤੁਹਾਡਾ ਸਾਡੀ ਪੰਗਤ ਵਿੱਚ ਬੈਠਣਾ ਯੋਗ ਨਹੀਂ ਹੈ। ਹੇ ਗੁਰੂ ਜੀ, ਅਸੀਂ ਤੁਹਾਡੀ ਸ਼ਰਨ ਆਏ ਹਾਂ, ਸਾਨੂੰ ਜਗਤ ਦੇ ਟੋਏ ਵਿੱਚੋਂ ਕੱਢ ਲਓ। ਜਾਤੀ ਦੇ ਹੰਕਾਰ ਰੂਪੀ ਸੰਗਲ ਵਿੱਚੋਂ ਨਿਕਲ ਕੇ ਸ਼ੀਤ ਪ੍ਰਸ਼ਾਦ ਖਾ ਕੇ ਸਾਡਾ ਮਨ ਖਿੜ ਜਾਵੇ। ਸਤਨਾਮ ਸਾਨੂੰ ਪ੍ਰਾਪਤ ਹੋ ਗਿਆ ਹੈ, ਹੁਣ ਸਾਡਾ ਜਮਾ ਨਾਲ ਕੋਈ ਵਾਸਤਾ ਨਹੀਂ ਰਿਹਾ ਹੈ। ਤਦ ਵੀ ਜੇ ਪੰਡਿਤ ਸਾਡਾ ਅਪਮਾਨ ਕਰਨ ਤਾਂ ਅਸੀਂ ਉਹਨਾਂ ਨੂੰ ਕੀ ਉੱਤਰ ਦੇਈਏ? ਇਹ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਅੰਮ੍ਰਿਤ ਸਰੋਵਰ ਮਹਾਨ ਤੀਰਥ ਹੈ, ਇਹ ਅਕਾਲ ਪੁਰਖ ਦਾ ਨਗਰ ਹੈ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀਆਂ ਪੂਰੀਆਂ ਨਾਲੋਂ ਇਹ ਉੱਤਮ ਹੈ, ਧਰਤੀ ਮੰਡਲ ਦੇ ਜਿੰਨੇ ਵੀ ਤੀਰਥ ਹਨ ਸਾਰੇ ਪਵਿੱਤਰਤਾ ਇਸ ਸਥਾਨ ਤੋਂ ਪ੍ਰਾਪਤ ਕਰਦੇ ਹਨ। ਇੱਕ ਤਾਂ ਇਹ ਜਲ ਦਾ ਮਹਾਨ ਤੀਰਥ ਹੈ, ਦੂਸਰਾ ਇਹ ਨਾਮ ਦਾ ਵੀ ਵੱਡਾ ਤੀਰਥ ਹੈ। ਵੱਡੇ ਵੱਡੇ ਬ੍ਰਹਮ ਗਿਆਨੀ ਸੰਤ ਇਸ ਦੇ ਕੰਢੇ 'ਤੇ ਆ ਕੇ ਵੱਸਦੇ ਹਨ। ਸ਼੍ਰੀ ਮੁੱਖ ਵਾਕ ਮਲਾਰ ਮਹੱਲਾ ਚੌਥਾ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਾ ਉੱਦਮ, ਧੂਰ ਸਾਧੂ ਕੀ ਤਾਈ, ਕਿਲਵਿਖ ਮੈਲ ਭਰੇ ਪਰੇ ਹਮਰਾ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੰਗਾ ਜਮਨਾ ਗੋਦਾਵਰੀ ਅਤੇ ਸਰਸਵਤੀ ਸੰਤਾਂ ਦੇ ਚਰਨਾਂ ਦੀ ਧੂੜ ਲਈ ਉੱਦਮ ਕਰਦੀਆਂ ਹਨ। ਉਹ ਕਹਿੰਦੀਆਂ ਹਨ, ਪਾਪਾਂ ਦੀ ਮੈਲ ਨਾਲ ਭਰੇ ਹੋਏ ਪ੍ਰਾਣੀ ਸਾਡੇ ਵਿੱਚ ਇਸ਼ਨਾਨ ਕਰਦੇ ਹਨ, ਸੰਤਾਂ ਦੇ ਚਰਨਾਂ ਦੀ ਮੈਲ ਸਾਡੀ ਗੰਦਗੀ ਨੂੰ ਧੋ ਦਿੰਦੀ ਹੈ। ਬਹੁਤ ਪਾਪ ਕਰਕੇ ਜਿਹੜੇ ਪ੍ਰਾਣੀ ਤੀਰਥਾਂ ਵਿੱਚ ਇਸ਼ਨਾਨ ਕਰਦੇ ਹਨ ਉਹ ਮਹਾਨ ਤੀਰਥ ਦੇ ਵਿੱਚ ਹੀ ਸਾਰੇ ਪਾਪ ਛੱਡ ਜਾਂਦੇ ਹਨ। ਤੀਰਥ ਫਿਰ ਪਾਪਾਂ ਨਾਲ ਵਿਆਕੁਲ ਹੋ ਜਾਂਦੇ ਹਨ। ਸੰਤਾਂ ਦੀ ਧੂੜ ਪਾ ਕੇ ਪਾਪਾਂ ਦਾ ਭਾਰ ਦੂਰ ਹੋ ਜਾਂਦਾ ਹੈ। ਕਥਾ ਕੀਰਤਨ ਸੁਣ ਕੇ ਸਾਰੇ ਤੀਰਥ ਉਸੇ ਵੇਲੇ ਪਵਿੱਤਰ ਹੋ ਜਾਂਦੇ ਹਨ। ਸਿੱਖਾਂ ਨੇ ਪੁੱਛਿਆ, ਜਗਤ ਦੇ ਸਾਰੇ ਹੀ ਜਿਹੜੇ ਜੀਵ ਹਨ ਉਹ ਜਲ ਵਿੱਚ ਮਲ ਕੇ ਮੈਲ ਨੂੰ ਦੂਰ ਕਰਦੇ ਹਨ। ਸਿੱਖਾਂ ਨੇ ਫਿਰ ਪੁੱਛਿਆ, ਸੰਤਾਂ ਦੀ ਚਰਨ ਧੂੜ ਨਾਲ ਮੈਲ ਕਿਵੇਂ ਦੂਰ ਹੋ ਸਕਦੀ ਹੈ? ਇਹ ਸੁਣ ਕੇ ਸਤਿਗੁਰੂ ਜੀ ਨੇ ਦ੍ਰਿਸ਼ਟਾਂਤ ਸੁਣਾਇਆ, ਜਿਹੜਾ ਸਾਬਣ ਇਹ ਸੱਜੀ ਖਾਰ ਮੈਲ ਹੀ ਹੈ, ਉਸ ਨੂੰ ਮਲ ਕੇ ਵਸਤਰ ਧੋਤੇ ਜਾਂਦੇ ਹਨ। ਇਸ ਤਰ੍ਹਾਂ ਸੰਤਾਂ ਦੇ ਚਰਨਾਂ ਦੀ ਧੂੜ ਅਤਿ ਪਵਿੱਤਰ ਹੁੰਦੀ ਹੈ, ਇਹ ਸਾਰੇ ਪਾਪਾਂ ਨੂੰ ਦੂਰ ਕਰਨ ਦੇ ਸਮਰੱਥ ਹੈ। ਇਸ ਤਰ੍ਹਾਂ ਹੀ ਜਦ ਗੁਰੂ ਦੇ ਸ਼ਬਦ ਦੀ ਧੁਨ ਕੰਨੀ ਪੈਂਦੀ ਹੈ ਤੇ ਪ੍ਰੇਮ ਭਗਤੀ ਪ੍ਰਗਟ ਹੁੰਦੀ ਹੈ। ਸਭ ਸਥਾਨਾਂ ਦੇ ਜਲਾਂ ਦਾ ਇਹ ਤੀਰਥ ਹੈ, ਨਾਮ ਦਾ ਵੀ ਇਹ ਮਹਾਨ ਤੀਰਥ ਹੈ। ਸ਼੍ਰੀ ਹਰਿਮੰਦਰ ਸਾਹਿਬ ਜਹਾਜ਼ ਦੇ ਸਮਾਨ ਹੈ, ਜਿਸ ਵਿੱਚ ਸੁੰਦਰ ਨਾਮ ਮਲਾਹ ਹੈ। ਸ਼ਿਵ ਜੀ ਦੇ ਸਿਰ 'ਤੇ ਗੰਗਾ ਦਾ ਪ੍ਰਵਾਹ ਵਹਿੰਦਾ ਹੈ, ਉਹ ਬਾਅਦ ਵਿੱਚ ਜੇ ਆ ਮਿਲੇ ਉਸ ਨੂੰ ਸਾਗਰ ਪਹੁੰਚਾਉਂਦੀ ਹੈ। ਉਸ ਤਰ੍ਹਾਂ ਗੁਰੂ ਜੀ ਦੇ ਮੁਖਾਰਬਿੰਦ ਤੋਂ ਨਿਕਲੀ ਜੋ ਬਾਣੀ ਹੈ, ਜੇ ਕੋਈ ਪ੍ਰਾਣੀ ਉਸ ਨੂੰ ਪੜ੍ਹ ਕੇ ਵਿਚਾਰ ਕੇ ਕਮਾਉਂਦਾ ਹੈ, ਉਹ ਪ੍ਰਭੂ ਦੇ ਚਰਨਾਂ ਦੇ ਸੰਗ ਮਿਲਾਉਂਦੀ ਹੈ ਅਤੇ ਫਿਰ ਆਪਣੇ ਆਪ ਨੂੰ ਪ੍ਰਭੂ ਨਾਲ ਮਿਲਿਆ ਪਾਉਂਦਾ ਹੈ। ਇੱਥੇ ਦੋਵੇਂ ਤੀਰਥ ਵਿਸ਼ਾਲ ਹਨ, ਆਮ ਲੋਕਾਂ ਨੂੰ ਇਹ ਬਹੁਤ ਨਿਹਾਲ ਕਰਦੇ ਹਨ। ਅਕਾਲ ਪੁਰਖ ਨੇ ਵਿਸ਼ਨੂੰ ਦਾ ਰੂਪ ਧਾਰ ਕੇ ਆਪਣੇ ਸਵਾਸਾਂ ਨਾਲ ਵਿਸ਼ਾਲ ਵੇਦ ਬਣਾਏ। ਵਿਸ਼ਨੂੰ ਪਾਸੋਂ 12 ਮਹਾਵਾਕਾਂ ਨੂੰ ਪਾ ਕੇ ਬ੍ਰਹਮ ਨੇ ਇਹਨਾਂ ਵੇਦਾਂ ਦਾ ਵਿਸਥਾਰ ਕੀਤਾ। ਫਿਰ ਵੇਦ ਵਿਆਸ ਨੇ ਇਹਨਾਂ ਦਾ ਬਹੁਤ ਵਿਸਥਾਰ ਕੀਤਾ, ਜਿਹੜੇ ਫਿਰ ਸਾਰੇ ਜਗਤ ਵਿੱਚ ਪ੍ਰਵਿਰਤ ਹੋਏ। ਉਸੇ ਅਕਾਲ ਪੁਰਖ ਨੇ ਫਿਰ ਤਨ ਧਾਰਨ ਕੀਤਾ, ਸੰਤ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਏ। ਕਲਯੁੱਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਗੁਰਬਾਣੀ ਉਚਾਰਨ ਕੀਤੀ, ਜਿਸ ਨੂੰ ਥੋੜ੍ਹੀ ਬੁੱਧੀ ਵਾਲੇ ਇਨਸਾਨ ਆਸਾਨੀ ਨਾਲ ਸਮਝ ਸਕਦੇ ਹਨ, ਅਤੇ ਉਪਦੇਸ਼ ਕਰਕੇ ਕਰੋੜਾਂ ਨੂੰ ਉਤਾਰਿਆ। ਭੋਜਨ ਬੜੇ ਸੰਜਮ ਨਾਲ ਖਾਂਦੇ ਹਨ, ਇਹ ਸਿੱਖ ਇਕਾਦਸ਼ੀ ਦਾ ਵਰਤ ਧਾਰਨ ਕਰਦੇ ਹਨ। 15 ਦਿਨਾਂ ਬਾਅਦ ਇਕਾਦਸ਼ੀ ਆਉਂਦੀ ਹੈ, ਫਿਰ ਸਿੱਖ ਤਾਂ ਸੰਜਮ ਦਾ ਭੋਜਨ ਖਾਣ ਕਰਕੇ ਸਦਾ ਹੀ ਵਰਤ ਰੱਖਦੇ ਹਨ। ਸ਼੍ਰੀ ਨਾਮਦੇਵ ਵਾਕ ਰਾਮ ਸੰਗ ਨਾਮਦੇਵ
जन को प्रतिज्ञा आई, एकादशी व्रत रहै काहे को तीर्थ जाई। साहिब जी संगत विच सेवक नामदेव का भरोसा बज गया है, इसलिए हुण मैं एकादशी का व्रत रखना छड़ दिता है, हुण मैं धर्म स्थाना दियां यात्रावां करन क्यों जावां। ब्राह्मण लोग शरीर के हंकारी हुंदे हन अते गुरसिख आत्म ज्ञानी हुंदे हन, चंडाल तन का हंकार धारण करते हैं अते चम ते चरबी नाल प्रीत है। ओह ब्राह्मण है जिसने ब्रह्म पछाणिया है अते सब हिरदियां विच एक समान पूर्ण जाणिया है। हे कबीर कहो, साडे विच केवल उही ब्राह्मण आख्या जांदा है जो प्रभु की आराधना करता है। हड, चम, मिज, लहू अते मास नाल जिहड़े प्रीत करते हैं ओह चंडाल करते हैं, तुसी ब्राह्मण हो, ब्रह्म पछाणिया है अते निज सरूप विच सदा रंगे रहिंदे हो। सूरज नूं पाणी देना पिंड पत्तल अते गायत्री पवित्र पितर लोक नूं प्राप्त करती है। तुसी सुखां दी रास सतनाम जपो अते वाहिगुरु दे चरणां विच पहुंचो। साडे सिखां नूं पितर लोक दी इच्छा नहीं है, ओह अविनाशी प्रभु रूप विच समाउंदे हन, जिवें सारी पृथ्वी दे राजपद नूं प्राप्त होया राजा चक्रवर्ती राजा खवाउंदा है अते एक पिंड लै के ओह कदे भी प्रसन्न नहीं हुंदा। जे कोई गरीब एक पिंड लै लवे तां ओह बहुत प्रसन्न होवेगा। उस तरह ही नरकां नूं जाण वाले पितरण पुर पाउणा चाहुंदे हन। गुरु दे सिख स्वर्ग दी इच्छा भी नहीं रखदे, ओह ब्रह्म सरूप पाउणा चाहुंदे हन जिहड़ा चंगा है। श्री गुरु अर्जन देव जी तों निर्णय सुण के श्रेष्ठ ब्राह्मण संशय रहित हो के बहुत प्रसन्न होए। गुर निश्चय तों ब्रह्म ज्ञान लै के जात पात के हंकार नूं छड्ड दिता, जाति के हंकार नूं गुरु जी के चरणों नाल जोड़ दिता अते बहुत वार प्राप्त होए दुखां नूं दूर किया। गुरु जी की कृपा बगैर छुटकारा नहीं, फजूल ही परिवारों विच परचे पए रहिंदे हन। सो साध संगत जी, इत्थे तीसरी रास का 60वां अध्याय समाप्त हुंदा है जी। प्रसंग सुनाउंदे होए होईआं अनेक भुल्लां चुक्कां दी क्षमा करनी जी। वाहिगुरु जी का खालसा, वाहिगुरु जी की फतेह।